प्यारे बच्चों आज हम पंजाब अचीवमेंट सर्वे नवंबर 2020 क्लास 9th ਦਾ ਕੰਪਿਊਟਰ ਸਾਇੰਸ ਦਾ ਜਿਹੜਾ ਸੋਲੂਸ਼ਨ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਪਹਿਲੇ ਕੁਐਸਚਨ ਦੀ ਗੱਲ ਕਰੀਏ ਇੱਕ ਐਕਸਲ ਵਰਕਬੁੱਕ ਵਿੱਚ ਡੈਸ਼ ਹੁੰਦੀਆਂ ਹਨ ਐਨ ਐਕਸਲ ਵਰਕਬੁੱਕ ਕੰਸਿਸਟ ਆਫ ਡੈਸ਼ ਇਹਦਾ ਆਨਸਰ ਹੈ ਜੀ ਵਰਕਸ਼ੀਟਸ ਐਕਸਲ ਵਰਕਬੁੱਕ ਚ ਕੀ ਹੁੰਦੀਆਂ ਨੇ ਵਰਕਸ਼ੀਟਸ ਹੁੰਦੀਆਂ ਨੇ ਨੰਬਰ 2 ਤੇ ਅੰਦਾ ਹੈ ਜੀ ਫਾਰਮੈਟ ਕਮਾਂਡ ਡੈਸ਼ ਟੈਬ ਉੱਤੇ ਉਪਲਬਧ ਹੈ ਫਾਰਮੈਟ ਕਮਾਂਡ ਇਜ਼ ਅਵੇਲੇਬਲ ਔਨ ਡੈਸ਼ ਟੈਬ ਤਾਂ ਇਹਦਾ ਆਨਸਰ ਹੋਏਗਾ ਜੀ ਹੋਮ ਟੈਬ ਉੱਤੇ ਆਨਸਰ ਇਜ਼ ਹੋਮ ਟੈਬ ਨੈਕਸਟ ਹੈ ਜੀ ਸਾਰੇ ਫਾਰਮੂਲੇ ਡੈਸ਼ ਚਿੰਨ ਨਾਲ ਸ਼ੁਰੂ ਹੁੰਦੇ ਹਨ 올 ਫਾਰਮੂਲਾਜ਼ ਮਸਟ ਬਿਗਨ ਵਿਦ ਡੈਸ਼ ਸਾਈਨ ਤਰੇਪਾ ਸਾਰੇ ਜਾਣਦੇ ਆ ਕਿ ਇਸ ਨਾਲ ਸ਼ੁਰੂ ਹੁੰਦੇ ਨੇ ਇਕਵਲ ਟੂ ਜਿਹਨੂੰ ਆਪਾਂ ਕਹਿੰਦੇ ਆ ਬਰਾਬਰ ਹੈ ਚੌਥਾ ਕੁਐਸਚਨ ਹੈ ਜੀ ਇੱਕ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ ਇਹ ਫੰਕਸ਼ਨ ਇਜ਼ ਪ੍ਰੀਡਿਫਾਈਂਡ ਫਾਰਮੂਲਾ ਕੀ ਇਹ ਗੱਲ ਸਹੀ ਹੈ ਬਿਲਕੁਲ ਸਹੀ ਹੈ ਇੱਕ ਫੰਕਸ਼ਨ ਜਿਹੜਾ ਹੈ ਉਹ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ ਕੁਐਸਚਨ ਨੰਬਰ 5 ਜਿਹੜਾ ਹੈ चिन्ह एक्स ਦੀ ਵਰਤੋਂ ਗੁਣਾ ਕਰਨ ਲਈ ਕੀਤੀ ਜਾਂਦੀ ਹੈ ਸਿੰਬਲ ਐਕਸ ਇਸ ਯੂਜ਼ਡ ਫਾਰ ਮਲਟੀਪਲੀਕੇਸ਼ਨ ਬਿਲਕੁਲ ਸਹੀ ਜੀ ਐਕਸ ਦੀ ਵਰਤੋਂ ਜਿਹੜੀ ਹੈ ਗੁਣਾ ਕਰਨ ਲਈ ਵਰਤੀ ਜਾਂਦੀ ਹੈ ਕੁਐਸਚਨ ਨੰਬਰ 6 ਦੀ ਗੱਲ ਕਰੀਏ ਜੀ ਡੈਸ਼ ਦੇ ਅੰਦਰ ਚਾਰਟ ਵਿੰਡੋ ਦਾ ਸਭ ਕੁਝ ਸ਼ਾਮਿਲ ਹੁੰਦਾ ਹੈ ਡੈਸ਼ ਕੰਟੇਨਸ एवरीथिंग ਇਨਸਾਈਡ ਦਾ ਚਾਰਟ ਵਿੰਡੋ ਡੈਸ਼ ਕੰਟੇਨ एवरीथिंग ਇਨਸਾਈਡ ਦਾ ਚਾਰਟ ਵਿੰਡੋ ਤਾਂ ਇਸ ਦਾ ਕੀ ਆਨਸਰ ਹੈ ਜੀ ਇਸ ਦਾ ਆਨਸਰ ਹੈ ਚਾਰਟ ਏਰੀਆ ਚਾਰਟ ਏਰੀਆ ਚ ਕੀ ਹੈ ਚਾਰਟ ਵਿੰਡੋ ਦਾ ਸਭ ਕੁਝ ਸ਼ਾਮਿਲ ਹੁੰਦਾ ਹੈ ਕੁਐਸਚਨ ਨੰਬਰ 7 ਦੀ ਗੱਲ ਕਰੀਏ ਤੁਸੀਂ ਵਰਕਸ਼ੀਟ ਦੀ ਵਿੰਡੋ ਨੂੰ ਡੈਸ਼ ਕਰਕੇ ਵੱਖਰੇ ਵੱਖਰੇ ਭਾਗਾਂ ਵਿੱਚ ਵੰਡ ਸਕਦੇ ਹਾਂ ਵੀ ਕੈਨ ਡੈਸ਼ ਦਾ ਵਰਕਸ਼ੀਟ ਵਿੰਡੋ ਇਨ ਟੂ ਟੂ ਸੈਪਰੇਟ ਪੈਨਸ ਅ ਅਸੀ ਕਿ ਇਸ ਟ੍ਰਿਕ ਨਾਲ ਬੱਝ ਸਕਦੇ ਆ ਉਸ ਨੂੰ ਸਪਲਿਟ ਕਰਕੇ ਮਤਲਬ ਕਿ ਉਸ ਨੂੰ ਸਪਲਿਟ ਕਰਕੇ ਇਸ ਦਾ ਅਨਸਰ ਕੀ ਆਇਆਗਾ ਸਪਲਿਟ ਡੈਸ਼ 2 ਜਾਂ 2 ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ਡੈਸ਼ ਇਜ਼ ਦਾ ਗਰੂਪ ਆਫ 2 অর ਮੋਰ ਕੰਪਿਊਟਰਸ ਤਾਂ ਇਸ ਦਾ ਕੀ ਅਨਸਰ ਹੈ ਇਸ ਦਾ ਅਨਸਰ ਹੈ ਨੈਟਵਰਕ ਨੈਟਵਰਕ ਹੀ ਹੈ ਇੰਟਰਕਨੈਕਟਿਡ ਕੰਪਿਊਟਰਸ ਦਾ ਕੀ ਹੈ ਇੱਕ ਇਕੱਠ ਹੈ ਤਾਂ ਇਹਦਾ ਅਨਸਰ ਹੋ ਗਿਆ ਨੈਟਵਰਕ ਕੁਐਸਚਨ ਨੰਬਰ 9 ਦੀ ਗੱਲ करिए ਡੈਸ਼ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਮੁਖੀ ਕੰਪਿਊਟਰਾਂ ਨੂੰ ਇੱਕ ਹਰੇ ਨੈਟਵਰਕ ਡਿਵਾਈਸ ਨਾਲ ਜੁੜਨ ਦੀ ਆਗਿਆ ਦਿੰਦਾ ਹੈ ਡੈਸ਼ ਇਸ ਅ ਡਿਵਾਈਸ ਥੈਟ ਅਲੋਸ ਯੂ ਟੂ ਕਨੈਕਟ ਮਲਟੀਪਲ ਕੰਪਿਊਟਰਸ ਇਨ ਅ ਸਿੰਗਲ ਡਿਵਾਈਸ ਤਾਂ ਇਸਦਾ ਕੀ ਅਨਸਰ ਹੈ ਜੀ ਇਸਦਾ ਅਨਸਰ ਹੈ ਹੱਬ ਇੱਕ ਹੱਬ ਜਿਹੜੀ ਹੈ ਸਾਨੂੰ ਮਲਟੀਪਲ ਕੰਪਿਊਟਰਸ ਨੂੰ ਕਨੈਕਟ ਕਰਨ ਦੇ ਵਿੱਚ ਨੈਟਵਰਕ ਦੇ ਉੱਤੇ ਕੀ ਕਰਦੀ ਹੈ ਹੈਲਪ ਕਰਦੀ ਹੈ ਕੁਐਸਚਨ ਨੰਬਰ 10 ਦੀ ਗੱਲ ਕਰੀਏ ਜੀ ਡੈਸ਼ ਸੂਚਨਾ ਨੂੰ ਬਣਾ ਕੇ ਅੱਗੇ ਭੇਜਦਾ ਹੈ ਡੈਸ਼ ਪ੍ਰਿਪੇਅਰਸ ਦਾ ਇਨਫੋਰਮੇਸ਼ਨ ਐਂਡ ਫੋਰਵਰਡ ਇਟ ਇਸ ਨੂੰ ਪਾ ਕੀ ਕਹਾਂਗੇ ਕੌਣ ਅੱਗੇ ਭੇਜਦਾ ਸੂਚਨਾ ਨੂੰ ਉਸ ਨੂੰ ਆਪਾਂ ਕਹਾਂਗੇ ਜੀ ਇਹਦਾ ਆਨਸਰ ਆਏਗਾ ਸੈਂਡਰ ਕੀ ਕਰੇਗਾ ਪ੍ਰਪੇਅਰਸ ਦਾ ਇਨਫਰਮੇਸ਼ਨ ਐਂਡ ਫਾਰਵਰਡ ਇਟ ਕੁਐਸਚਨ ਨੰਬਰ 11 ਜੀ ਪ੍ਰੋਟੋਕੋਲ ਡਾਟਾ ਸੰਚਾਰ ਦੇ ਸਮੇਂ ਵਰਤੇ ਜਾਣ ਦੇ ਨਿਯਮ ਹੁੰਦੇ ਹਨ ਪ੍ਰੋਟੋਕੋਲਸ ਆਰ ਰੂਲਸ ਅੰਡਰ ਵਿਚ ਡਾਟਾ ਟ੍ਰਾਂਸਮਿਸ਼ਨ ਟੇਕ ਪਲੇਸ ਕਿ ਇਹ ਗੱਲ ਸਹੀ ਹੈ ਬਿਲਕੁਲ ਸਹੀ ਕੀ ਹੈ ਸਹੀ ਕੁਐਸਚਨ ਨੰਬਰ 12 DBMS ਦਾ ਪੂਰਾ ਨਾਮ ਕੀ ਹੈ ਫੁੱਲ ਫਾਰਮ ਆਫ DBMS ਬੱਚੋ DBMS ਕਿਤੇ ਵੀ ਆ ਜਾਏ ਤਾਂ ਇਹਦੀ ਫੁੱਲ ਫਾਰਮ ਕੀ ਹੋਏਗੀ ਡਾਟਾਬੇਸ ਮੈਨੇਜਮੈਂਟ ਸਿਸਟਮ ਯਾਨੀ ਕਿ ਇਹ ਵਾਲਾ ਪੁਆਇੰਟ ਡਾਟਾਬੇਸ ਮੈਨੇਜਮੈਂਟ ਸਿਸਟਮ ਇਜ਼ ਦਾ ਰਾਈਟ ਆਨਸਰ ਕੁਐਸਚਨ ਨੰਬਰ 13 ਪ੍ਰੋਸੈਸਿੰਗ ਤੋਂ ਬਾਅਦ ਡਾਟਾ ਡੈਸ਼ ਵਿੱਚ ਬਦਲ ਜਾਂਦਾ ਹੈ आफ्टर प्रोसेसिंग डाटा इज कन्वर्टेड इनटू डैश बच्चे कादे विच बदलदा है बिल्कुल सही इंफॉर्मेशन आफ्टर प्रोसेसिंग डाटा किदे विच कन्वर्ट हुंदा है इंफॉर्मेशन मतलब के सूचना दे विच क्वेश्चन नंबर 14 डैश एक विलक्षण की हुंदी है डैश इज ए यूनिक की इदाकी आंसर है जी प्राइमरी की ਪ੍ਰਾਇਮਰੀ ਕੀ ਇਜ਼ ਏ ਯੂਨੀਕ ਕੀ ਕੁਐਸਚਨ ਨੰਬਰ 15 ਮੁੱਖ ਤੌਰ ਤੇ ਟਾਪੋਲੋਜੀ ਡੈਸ਼ ਤਰ੍ਹਾਂ ਦੀ ਹੁੰਦੀ ਹੈ ਮੇਨਲੀ ਟਾਪੋਲੋਜੀ ਇਜ਼ ਡੈਸ਼ ਟਾਈਪਸ ਆਪਾਂ ਕੀ ਕਹਾਂਗੇ 15 ਦਾ ਆਨਸਰ ਕੀ ਆਏਗਾ 15 ਦਾ ਆਨਸਰ ਆਏਗਾ ਜੀ ਟਾਪੋਲੋਜੀ ਦੇ ਪੰਜ ਪ੍ਰਕਾਰ ਹੁੰਦੇ ਨੇ ਤੇਰਾ ਫਾਈਵ ਟਾਈਪਸ ਆਫ ਟਾਪੋਲੋਜੀਜ਼ ਕੁਐਸਚਨ ਨੰਬਰ 16 DBMS ਵਿੱਚ ਕਿੰਨੇ ਤਰ੍ਹਾਂ ਦੇ ਰਿਲੇਸ਼ਨ ਹੁੰਦੇ ਹਨ ਹਾਊ many ਰਿਲੇਸ਼ਨਸ ਹਾਊ many ਰਿਲੇਸ਼ਨਸ਼ਿਪਸ ਇਨ ਡੀਬੀਐਮਐਸ ਕਿੰਨੇ ਹੁੰਦੇ ਆ ਜੀ 3 ਟਾਈਪ ਕਿੰਨੇ ਤਰ੍ਹਾਂ ਦੇ ਹੁੰਦੇ ਆ देयर आर 3 ਟਾਈਪਸ ਆਫ ਰਿਲੇਸ਼ਨਸ਼ਿਪ ਇਨ ਡੀਬੀਐਮਐਸ ਕੁਐਸਚਨ ਨੰਬਰ 11 ਦੀ ਗੱਲ ਕਰੀਏ ਨੈਟਵਰਕ ਸਾਨੂੰ ਸਿਕਿਉਰਿਟੀ ਪ੍ਰਦਾਨ ਨਹੀਂ ਕਰਦਾ ਨੈਟਵਰਕ ਡਸ ਨੋਟ ਪ੍ਰੋਵਾਈਡ ਸਿਕਿਉਰਿਟੀ ਟੂ ਅਸ ਕੀ ਇਹ ਗੱਲ ਸਹੀ ਹੈ ਬਸੋ ਇਹ ਗੱਲ ਕੀ ਹੈ ਸਹੀ ਕਿ ਗਲਤ ਬਿਲਕੁਲ ਸਹੀ ਨੈਟਵਰਕ ਸਾਨੂੰ ਕਿਸੇ ਤਰ੍ਹਾਂ ਦੀ ਸਿਕਿਉਰਟੀ ਪ੍ਰੋਵਾਈਡ ਜਿਹੜੀ ਹੈ ਉਹ ਨਹੀਂ ਕਰਦਾ ਕੁਐਸਚਨ ਨੰਬਰ 18 ਦੀ ਗੱਲ ਕਰੀਏ ਡੈਸ਼ ਵਿਸ਼ੇਸ਼ਤਾ ਤੁਹਾਨੂੰ ਕੁਝ ਖਾਸ ਨਿਜਮ ਬਣਾਉਣ ਦੀ ਆਗਿਆ ਦਿੰਦੀ ਹੈ ਡੈਸ਼ ਫੀਚਰ ਅਲੋਸ ਅਸ ਟੂ ਸੈਟ ਅਪ ਸਰਟਨ ਰੂਲਸ ਕੀ ਹੈ ਜੀ ਦਾ ਅਨਸਰ ਇਹਦਾ ਅਨਸਰ ਹੈ 19 ਦਾ ਕੀ ਅਨਸਰ ਹੈ ਜੀ ਸੋਰੀ 18 ਦਾ ਡਾਟਾ ਵੈਲੀਡੇਸ਼ਨ ਡਾਟਾ ਵੈਲੀਡੇਸ਼ਨ ਸਾਨੂੰ ਕੀ ਕਰਨ ਦੀ ਹੈ ਉਹ ਦਿੰਦੀ ਹੈ ਇੱਕ ਖਾਸ ਤਰ੍ਹਾਂ ਦਾ ਨਿਯਮ ਜਾਂ ਰੂਲਸ ਬਣਾਉਂਦੀ ਜੀ ਹੈ ਆਪਮ ਨੂੰ ਪਰਮਿਸ਼ਨ ਜਿਹੜੀ ਹੈ ਉਹ ਮਿਲਦੀ ਹੈ ਕਿਸ ਤੋਂ ਡਾਟਾ ਵੈਲੀਡੇਸ਼ਨ ਤੋਂ ਕੁਐਸਚਨ ਨੰਬਰ 19 ਫੁੱਲ ਡਿਪਲੈਕਸ ਵਿੱਚ ਸੂਚਨਾ ਦੋਹਾਂ ਦਿਸ਼ਾਵਾਂ ਵਿੱਚ ਭੇਜੀਆਂ ਜਾਂਦੀਆਂ ਹਨ ਇਨ ਫੁੱਲ ਡਿਪਲੈਕਸ ਇਨਫਰਮੇਸ਼ਨ ਕੈਨ 무 ਇਨ ਬੋਥ ਦਾ ਡਾਇਰੈਕਸ਼ਨਸ ਬਿਲਕੁਲ ਸਹੀ ਕਵੈਸਚਨ ਨੰਬਰ ਬੀ ਡਾਟਾਬੇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਡਾਟਾਬੇਸ ਐਡਮਿਨਿਸਟਰेटर ਦੀ ਹੁੰਦੀ ਹੈ ਡਾਟਾਬੇਸ ਐਡਮਿਨਿਸਟਰेटर ਇਜ਼ ਰਿਸਪੌਂਸੀਬਲ ਫਾਰ ਮੈਂਟੇਨੈਂਸ ਆਫ ਡਾਟਾਬੇਸ ਕੀ ਇਹ ਸਹੀ ਹੈ ਨੋ ਇਹ ਕੀ ਹੈ ਗਲਤ ਹੈ ਸੋ ਬੱਚੋ ਹੋਰ ਬਧਰੇ ਜਾਣਕਾਰੀ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਸ਼ੁਕਰੀਆ